ਚੈਨਲ ਪੰਜਾਬੀ ਉੱਪਰ ਇੱਕ ਵਾਰੀ ਫੇਰ ਤੁਹਾਨੂੰ ਨਿੱਕੀਚੇ ਆਇਆ ਜਿਸ ਤਰ੍ਹਾਂ ਪਿਛਲੇ ਹਿੱਸੇ ਦੇ ਵਿੱਚ ਟਰਾਂਸਪੋਰਟ ਮਹਿਕਮੇ ਦੇ ਬਾਰੇ ਗੱਲਬਾਤ ਕੀਤੀ ਹੈ ਇਸ ਵਾਰ ਜਿਹੜੀ ਆਪਾਂ ਗੱਲਬਾਤ ਕਰ ਰਹੇ ਹਾਂ ਉਹ ਜਿਹੜੀ ਸੱਤਾ ਦੇ ਅੰਦਰ ਇਸ ਵੇਲੇ BC ਦੀ ਪਾਰਟੀ ਹੈ ਲਿਬਰਲ ਪਾਰਟੀ ਆਫ BC ਉਸ ਦਾ ਜ਼ਿਕਰ ਮੈਂ ਕੁਝ ਗੱਲਾਂ ਕਰਕੇ ਕਰਨ ਜਾ ਰਿਹਾ ਹਾਂ ਤੁਹਾਡੇ ਸਾਹਮਣੇ ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਹੈ ਪਹਿਲੇ ਹਿੱਸੇ ਦੇ ਵਿੱਚ ਕਿ ਇਲੈਕਸ਼ਨਾਂ ਦੇ ਬਦਲ ਇਸ ਵੇਲੇ ਪੂਰੇ ਛਾਏ ਹੋਏ ਨੇ ਜਿਹੜੇ ਪੋਲੀਟੀਸ਼ੀਅਨਸ ਨੇ ਰੋਜ਼ ਨਵੇਂ ਨਵੇਂ ਬਿਆਨ ਹੁੰਦੇ ਨੇ ਡੋਰ ਨਾਕਿੰਗ ਚੱਲ ਰਹੀ ਹੈ ਤੁਹਾਡੇ ਦਰਵਾਜ਼ਿਆਂ ਤੇ ਆਉਂਦੇ ਨੇ ਇਹ ਸਮਾਂ ਹੁੰਦਾ ਹੈ ਜਦੋਂ ਤੁਸੀਂ ਇਹਨਾਂ ਨੂੰ ਆਪਣੇ ਸਵਾਲਾਤ ਆਪਣੇ ਹਲਕੇ ਦੀਆਂ ਜਿਹੜੀਆਂ ਲੋਕਲ ਤਕਲੀਫਾਂ ਨੇ ਜਿੰਨਾ ਜਿੰਨਾ ਚੀਜ਼ਾਂ ਦੀ ਲੋੜ ਹੈ ਉਹ ਤੁਸੀਂ ਇਹਨਾਂ ਦੇ ਕੰਨਾਂ 'ਚ ਹੁਣ ਜਦੋਂ ਇਹ ਇਹਨਾਂ ਦਿਨਾਂ 'ਚ ਆਉਣ ਵਾਲੇ ਡੇਢ ਮਹੀਨਾ ਇਹਨਾਂ ਨੇ ਤੁਹਾਡੇ ਦਰਵਾਜ਼ਿਆਂ ਤੇ ਕਈ ਵਾਰ ਆਉਣਾ ਹੈ ਕਈ ਵਾਰ ਲੋਕਲ ਹਾਲਾਤਾਂ ਦੇ ਅੰਦਰ ਇਹਨਾਂ ਦੀਆਂ ਮੀਟਿੰਗਸ ਹੋਣੀਆਂ ਨੇ ਕਈ ਵਾਰ ਇਹਨਾਂ ਦੇ ਫੰਡਰੇਜ਼ਿੰਗ ਵੀ ਹੋਣੇ ਨੇ ਉੱਥੇ ਇਹ ਜਿਹੜੀਆਂ ਚੀਜ਼ਾਂ ਨੇ ਕੰਨਾ ਥਾਂ ਕੱਟਣੀਆਂ ਜ਼ਰੂਰੀ ਨੇ ਲਿਬਰਲ ਪਾਰਟੀ ਦੀ ਮੈਂ ਅੱਜ ਜਦੋਂ ਗੱਲ ਕਰਨ ਲੱਗੇ ਹਾਂ ਇਸ ਸਾਲ ਇਸ ਵਾਰੀ ਲਿਬਰਲ ਪਾਰਟੀ ਜਿਹੜਾ ਡੈਮੋਕ੍ਰੇਸੀ ਦਾ ਇੱਕ ਬਹੁਤ ਵੱਡਾ ਨਿਯਮ ਹੈ ਕਿ ਹਰ ਇੱਕ ਨੂੰ ਹੱਕ ਹੈ ਕਰਨ ਦੇ ਲਈ ਸੋ ਇੱਥੇ ਆਪਾਂ ਹਮੇਸ਼ਾ ਦੇਖਦੇ ਹਾਂ ਕਿ ਭਾਰਤ ਵਾਂਗੂ ਕਰੋੜਾ ਰੁਪਏ ਦੇ ਨਾਲ ਟਿਕਟਾਂ ਤਾਂ ਨਹੀਂ ਦਿੱਤੀਆਂ ਜਾਂਦੀਆਂ ਜਾਂ ਖਰੀਦੀਆਂ ਜਾਂਦੀਆਂ ਪਰ ਇੱਥੇ ਨਾਮੀਨੇਸ਼ਨਸ ਹੁੰਦੀਆਂ ਨੇ ਇਸ ਵਾਰੀ ਲਿਬਰਲ ਪਾਰਟੀ ਨੇ ਪਤਾ ਨਹੀਂ ਕਿਉਂ ਉਹਨਾਂ ਦੀ ਕੀ ਪਾਲਿਸੀ ਹੈ ਉਹਨਾਂ ਨੇ ਨਾਮੀਨੇਸ਼ਨ ਨਾ ਕਰਵਾ ਕੇ ਬਹੁਤ ਸਾਰੀਆਂ ਰਾਈਡਿੰਗਸ ਦੇ ਅੰਦਰ ਜਿਹੜੇ ਆਪਣੇ ਕੈਂਡੀਡੇਟ ਨੇ ਉਹਨਾਂ ਨੂੰ ਛਤਰੀ ਦੇ ਦੁਆਰਾ ਪੈਰਾਸ਼ੂਟ ਦੇ ਦੁਆਰਾ ਉਤਾਰਿਆ ਹੈ ਮਸਲਨ ਤੌਰ ਤੇ ਜਿਹੜੀ ਮੈਂ ਪਹਿਲਾਂ ਖਬਰ ਦਿੱਤੀ ਸੀ ਕਿ ਪੰਜਾਬੀ ਦੀ ਸੰਗਣੀ ਆਬਾਦੀ ਵਾਲੇ ਵੈਂਕੂਵਰ ਫਰੇਜ਼ਰ ਵੀਯੂ ਰਾਈਡਿੰਗ ਦੇ ਵਿੱਚ ਜਿੱਥੋਂ ਪਹਿਲਾਂ ਪੰਜਾਬੀ ਵਾਲੀ ਉਪਲ ਉਸ ਤੋਂ ਬਾਅਦ ਪੰਜਾਬੀ ਕੈਸ਼ ਹੀਡ ਐਮ ਐਲ ਏ ਰਹਿ ਚੁੱਕੇ ਨੇ ਉੱਥੇ ਪੰਜਾਬੀਆਂ ਦੇ ਕਈਆਂ ਦੇ ਨੌ ਆ ਰਹੇ ਸਨ ਹਵਾ ਵਿੱਚ ਕਈ ਨੌ ਘੁੰਮ ਰਹੇ ਸਨ ਔਰ ਕਿਆਸ ਲਈ ਲਾਈ ਜਾ ਰਹੀ ਸੀ ਕਿ ਐਨ ਡੀ ਪੀ ਦੇ ਗੈਬਰੀਅਲ ਯੂ ਜੋ ਕਿ ਇੱਕ ਚੀਨੀ ਪਾਈਚਾਰੇ ਦੇ ਨੇ ਆਫੀ ਪੜ੍ਹੇ ਲਿਖੇ ਵਿਅਕਤੀ ਨੇ ਉਹਨਾਂ ਦੇ ਖਿਲਾਫ ਕਿਸੇ ਪੰਜਾਬੀ ਜਾਂ ਚਾਈਨਿਸ ਨੂੰ ਹੀ ਉਤਾਰਿਆ ਜਾਏਗਾ ਲੇਕਿਨ ਹੋਇਆ ਇਹ ਕਿ ਅਮੀਰਾਵਾਲੇ ਵੈਸਟ ਸਾਈਡ ਦੇ ਅੰਦਰੋਂ ਸੂਜ਼ਨ ਐਂਟਨ ਜੋ ਵਕੀਲ ਹੈ ਔਰ ਮੇਅਰ ਦੀ ਇਲੈਕਸ਼ਨ ਲੜ ਚੁੱਕੀ ਹੈ 5-6 ਸਾਲ ਉਹ ਕਾਉਂਸਲਰ ਵੀ ਰਹੀ ਹੈ ਇਸ ਤੋਂ ਇਲਾਵਾ ਪਾਰਕਸ ਬੋਰਡ ਦੀ ਕਮਿਸ਼ਨਰ ਰਹੀ ਹੈ ਕੱਲ ਅਚਾਨਕ ਲਿਬਰਲ ਪਾਰਟੀ ਨੇ ਉਸ ਦਾ ਨੌਕੋਸ਼ਿਤ ਕਰ ਦਿੱਤਾ ਜਿੱਥੇ ਪੰਜਾਬੀ ਖੜਨਾ ਚਾਹੁੰਦੇ ਸੀ ਇੱਕ ਇਹ ਵੀ ਖਿਆਲ ਨਾਲ ਗੱਲ ਸੋਚਣ ਵਾਲੀ ਹੈ ਕਿ ਜਿਸ ਤਰ੍ਹਾਂ ਕਿਸੇ ਨੂੰ ਖੁੰਝੇ ਲਾਈਦਾ ਹੈ ਜਾਂ ਜਿਸ ਤਰ੍ਹਾਂ ਕਿੱਥੇ ਤੁਹਾਨੂੰ ਲੱਗਦਾ ਹੈ ਪਾਰਟੀ ਨੂੰ ਕਿ ਇਹ ਹਾਰਨ ਵਾਲੀ ਸੀਟ ਹੈ ਸਾਡੇ ਬਸਦਾ ਰੋਗ ਨਹੀਂ ਇਹ ਪੰਜਾਬੀਆਂ ਨੂੰ ਉਹੋ ਜਿਹੀਆਂ ਸੀਟਾਂ ਤੇ ਵੀ ਭੇਜ ਰਹੇ ਨੇ ਇਹ ਵੀ ਮੈਂ ਬਰੀਕੀ ਦੇ ਨਾਲ ਇਸ ਗੱਲ ਦੇ ਉੱਤੇ ਥੋੜੀ ਜੀ ਝਾਤ ਮਾਰਨ ਦੀ ਇਹਨੂੰ ਪੜਨ ਦੀ ਕੋਸ਼ਿਸ਼ ਕੀਤੀ ਹੈ ਮਸਲਨ ਤੌਰ ਤੇ ਜਿਸ ਤਰ੍ਹਾਂ ਸਰੀ ਚ ਰੇਡੀਓ ਹੋਸਟ ਕੁਲਜੀਤ ਕੌਰ ਨੇ ਉਹਨਾਂ ਨੂੰ ਸਰੀ ਵਾਲੀ ਦਿੱਤਾ ਗਿਆ ਹੈ ਜਿੱਥੋਂ ਬਰੂਲਸ ਰਾਲਸਟਨ ਬੜੇ ਸਟਰੋਂਗ ਕੈਂਡੀਡੇਟ ਨੇ ਪਿਛਲੇ ਦੋ ਵਾਰੀ ਜਾਂ ਤਿੰਨ ਵਾਰੀ ਤੋਂ ਐਮਐਲਏ ਜਿੱਤਦੇ ਆ ਰਹੇ ਨੇ ਇਸ ਤਰ੍ਹਾਂ ਹੀ ਸੀਨੀਅਰ ਇਨਸਪੈਕਟਰ ਆਰਸੀਐਮਪੀ ਦੇ ਅਮਰੀਕ ਸਿੰਘ ਵਿਰਕ ਨੂੰ ਟਾਈਨ ਹੈਡ ਦਿੱਤਾ ਗਿਆ ਹੈ ਜਦ ਕਿ ਸਰੀ ਨਿਊਟਨ ਵਗੈਰਾ ਸਰੀ ਦੇ ਜਿਹੜੇ ਹੋਰ ਇਲਾਕੇ ਨੇ ਜਿਹੜੀਆਂ ਸੀਟਾਂ ਦੇ ਉੱਤੇ ਆਪਣੀ ਆਬਾਦੀ ਬਹੁਤ ਜ਼ਿਆਦਾ ਹੈ ਉੱਥੇ ਪੰਜਾਬੀਆਂ ਨੂੰ ਨਹੀਂ ਉਤਾਰਿਆ ਗਿਆ ਇਹ ਜਿਹੜੀਆਂ ਗੱਲਾਂ ਨੇ ਇਥੋਂ ਕਈ ਵਾਰ ਇਹ ਲੱਗਦਾ ਹੈ ਕਿ ਲਿਬਰਲ ਪਾਰਟੀ ਦੀ ਨੀਤੀ ਕਿਸ ਕਿਸਮ ਦੀ ਹੈ ਦੂਸਰੀ ਗੱਲ ਮੈਂ ਇੱਥੇ ਇਹ ਵੀ ਆਖਣ ਦੀ ਕੋਸ਼ਿਸ਼ ਕਰਾਂਗਾ ਕਿ ਤਿੰਨ ਵਾਰੀ ਲਗਾਤਾਰ ਜੋ ਹੈ ਇਸ ਵੇਲੇ ਲਿਬਰਲ ਪਾਰਟੀ ਪਾਵਰ 'ਚ ਰਹਿ ਚੁੱਕੀ ਹੈ ਲੇਕਿਨ ਇਹਨਾਂ ਨੇ ਕਿਸੇ ਪੰਜਾਬੀ ਭਾਈਚਾਰੇ ਦੇ ਵਿਅਕਤੀ ਨੂੰ ਮਨਿਸਟਰੀ ਨਹੀਂ ਦਿੱਤੀ ਇਸ ਤੋਂ ਪਹਿਲਾਂ ਜਦੋਂ ਗਲੈਨ ਕਲਾਰਕ ਐਨ ਡੀ ਪੀ ਦੀ ਤਾਕਤ ਸੱਤਾ ਚ ਸੰ ਉਹਨਾਂ ਨੇ ਕੈਬਨਟ ਦੇ ਵਿੱਚ ਤਿੰਨ ਪੰਜਾਬੀਆਂ ਨੂੰ ਤਿੰਨ ਮੰਤਰੀ ਬਣਾਏ ਹੋਏ ਸਨ ਪੰਜਾਬੀ ਭਾਈਚਾਰੇ ਦੇ ਲਈ ਇਹ ਲਿਬਰਲ ਪਾਰਟੀ ਕਿਉਂ ਇਸ ਕਿਸਮ ਦਾ ਰਵਈਆ ਰੱਖਦੀ ਹੈ ਕਿਉਂਕਿ ਡੇਵ ਹੇਅਰ ਨੇ ਜਿਹੜੇ ਉਹ ਤਿੰਨ ਵਾਰ ਇਲੈਕਸ਼ਨਾਂ ਜਿੱਤੇ ਨੇ ਲੇਕਿਨ ਉਹਨਾਂ ਨੂੰ ਕਿਸੇ ਵੀ ਮੰਤਰੀ ਦੇ ਅਹੁਦੇ ਤੇ ਨਹੀਂ ਲਾਇਆ ਗਿਆ ਇਸ ਦੇ ਨਾਲ ਇੱਕ ਹੋਰ ਵੀ ਗੱਲ ਹੈ ਕਿ ਜਿਹੜੇ ਆਪਣੇ ਜਿਸ ਤਰ੍ਹਾਂ ਬੀ ਸੀ ਫੈਰੀਜ਼ ਹੈ ਇਸ ਕਿਸਮ ਦੇ ਜਿਹੜੇ ادارے ਨੇ ਉਹਨਾਂ ਦੇ ਬੋਰਡ ਦੇ ਉੱਤੇ ਵੀ ਕਦੇ ਕਿਸੇ ਪੰਜਾਬੀ ਨੂੰ ਤੁਸੀਂ ਨਹੀਂ ਦੇਖੋਗੇ ਇਹ ਗੱਲਾਂ ਨੇ ਜਿਹੜੀਆਂ ਕੁਝ ਪੁੱਛਣ ਵਾਲੀਆਂ ਵੀ ਨੇ ਇਸ ਵੇਲੇ ਆਪਾਂ ਇੱਕ ਹੋਰ ਗੱਲ ਜਿਹੜੀ ਮੈਂ ਤੁਹਾਡੇ ਸਾਹਮਣੇ ਲਿਆਉਣੀ ਚਾਹੁੰਦਾ ਹਾਂ ਉਹ ਹੈ ਕਿ ਸਾਡੀ ਮਾਇਆ ਨੂੰ ਕਿਵੇਂ ਵਰਤ ਰਹੀ ਹੈ ਲਿਬਰਲ ਪਾਰਟੀ ਕਿਉਂਕਿ ਜੇ ਵਟੂਆ ਤੁਹਾਡਾ ਹੋਵੇ ਤੇ ਹੋਵੇ ਮੇਰੇ ਕੋਲ ਮੈਂ ਤਾਂ ਬੜੇ ਆਨੰਦਮਾਨ ਕੇ ਉਸ ਚੋਂ ਪੈਸੇ ਕੱਢ ਕੇ ਖਰਚੂਗਾ ਕਿਉਂਕਿ ਤੁਹਾਡਾ ਪੈਸਾ ਹੈ ਮੈਨੂੰ ਕੋਈ ਦਰਦ ਨਹੀਂ ਹੋਏਗਾ ਮੈਂ ਲੰਚ ਵੀ ਬਾਹਰ ਕਰਾਂਗਾ ਮੈਂ ਡਿਨਰ ਵੀ ਬਾਹਰ ਕਰਾਂਗਾ ਕਾਫੀ ਵੀ ਪੀਵਾਂਗਾ ਇਸ ਦੀ ਉਦਾਹਰਣ ਮੈਂ ਤਾਂ ਕਰਕੇ ਦੇ ਰਿਹਾ ਹਾਂ ਕਿ ਆਪਾਂ ਦੇਖਿਆ ਹੈ ਪਿਛਲੇ ਦਿਨਾਂ 'ਚ ਐਂਡੀਪੀ ਨੇ ਇਸ ਨੂੰ ਕਾਫੀ ਉੱਚਾ ਉਠਾਇਆ ਸੀ ਕਿ ਇਸ ਲਿਬਰਲ ਪਾਰਟੀ ਨੇ 16 ਮਿਲੀਅਨ ਡਾਲਰ ਤੋਂ ਉੱਤੇ ਟੈਕਸ ਫੇਅਰ ਦਾ ਯਾਨੀ ਕਿ ਤੁਹਾਡਾ ਮੇਰਾ ਪੈਸਾ ਹੈ ਜਿਹੜਾ ਐਡਵਰਟਾਈਜ਼ਮੈਂਟਸ ਤੇ ਲਾਇਆ ਹੈ ਤੁਸੀਂ ਇਹ ਦੇਖੋ ਕਿ ਜਿੱਥੇ ਮਾਲੀ ਹਾਲਤ ਸੂਬੇ ਦੀ ਮਾੜੀ ਹੋਵੇ ਤੇ ਸਿਰਫ ਇਹ ਦੱਸਣ ਲਈ ਲੋਕਾਂ ਨੂੰ ਕਿ ਅਸੀਂ ਬਹੁਤ ਵਧੀਆ ਕੰਮ ਕਰ ਰਹੇ ਹਾਂ ਆਪਣੇ ਮੋਢੇ ਤੇ ਆਰਨ ਦੇ ਲਈ ਆਪਣੇ ਆਪ ਨੂੰ ਆਪੇ ਚੰਗਾ ਕਹਿਣ ਦੇ ਲਈ 16 ਮਿਲੀਅਨ ਡਾਲਰ ਤੋਂ ਉੱਤੇ ਜਿਹੜਾ ਇਹ ਪੈਸਾ ਇਹਨਾਂ ਨੇ ਐਡਵਰਟਾਈਜ਼ਮੈਂਟ ਦੇ ਉੱਤੇ ਖਰਚਿਆ ਹੈ ਲੇਕਿਨ ਐਨਡੀਪੀ ਨੇ ਆਵਾਜ਼ ਉਠਾਈ মিডিਆ ਨੇ ਬਹੁਤ ਵਾਰੀ ਇਕੱਲਾ ਰੇਡੀਓ ਤੇ ਟੀਵੀ ਤੇ ਖਬਰਾਂ ਦੇ ਵਿੱਚ ਪੇਪਰਾਂ ਦੇ ਅੰਦਰ ਲਾਈਆਂ ਲੇਕਿਨ ਇਹਨਾਂ ਦੇ ਉੱਤੇ ਕੋਈ ਅਸਰ ਨਹੀਂ ਪਿਆ ਇੱਥੋਂ ਤੱਕ ਕਿ ਜਿਹੜਾ ਆਡੀਟਰ ਜਨਰਲ ਸੀ ਉਸਨੇ ਵੀ ਕਸਟੀ ਕਲਾਰਕ ਸਰਕਾਰ ਦੀ ਚੰਗੀ ਖਚਾਈ ਕੀਤੀ ਹੈ ਇਸੇ ਕਰਕੇ ਉਸ ਨੂੰ ਗਾਹਾਂ ਉਹਦੇ ਅਹੁਦੇ ਤੇ ਨਹੀਂ ਰੱਖਿਆ ਗਿਆ ਹਾਲਾਂਕਿ ਉਹ ਆਸਟ੍ਰੇਲੀਆ ਚ ਇੱਕ ਸ਼ਹਿਰ ਦੇ ਅੰਦਰ ਆਡੀਟਰ ਜਨਰਲ ਦੇ ਤੌਰ ਤੇ ਆਲਰੇਡੀ ਸਿਲੈਕਟ ਹੋ ਗਏ ਨੇ ਤੇ ਪਤਾ ਲੱਗਾ ਹੈ ਕਿ ਸ਼ਾਇਦ ਮਈ ਦੇ ਅੰਦਰ ਆਪਣਾ ਆਸਟ੍ਰੇਲੀਆ ਚੋਂ ਨਵੀਂ ਜੌਬ ਲੈਣਗੇ ਕਿਉਂਕਿ ਅਗਰ ਇਹਨਾਂ ਨੂੰ ਕੋਈ ਇਹਨਾਂ ਨੂੰ ਕ੍ਰਿਟਿਕ ਬਣਦਾ ਹੈ ਇਹਨਾਂ ਕੰਨੀ ਉਂਗਲ ਉਠਾਉਂਦਾ ਹੈ ਤਾ ਉਸ ਦਾ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਹੜਾ ਵੱਡਾ ਸਕੈਂਡਲ ਇਸ ਤੋਂ ਬਾਅਦ ਇਸ ਵੇਲੇ ਜਿਸ ਦੀ ਇਨਕੁਆਰੀ ਬਿਠਾਈ ਹੋਈ ਹੈ ਹਾਲਾਂਕਿ ਲੋਕ ਕਹਿ ਰਹੇ ਨੇ ਕਿ ਇਨਕੁਆਰੀ ਦਾ ਕੀ ਫਾਇਦਾ ਜੇ ਤੁਸੀਂ ਆਪਣੇ ਹੀ ਡਿਪਟੀ ਮੰਤਰੀ ਨੂੰ ਉਸ ਇਨਕੁਆਰੀ ਦਾ ਚਾਰਜ ਲਾਮੋ ਬਾਹਰੋਂ ਇੰਡੀਪੈਂਡੈਂਟ ਇਨਕੁਆਰੀ ਕਰਾਉਣੀ ਚਾਹੀਦੀ ਸੀ ਜਿਹੜੇ ਡਾਕੂਮੈਂਟਸ ਇਹ ਫੜੇ ਗਏ ਕਿ ਐਥਨਿਕ ਵੋਟਰ ਨਾਲ ਜਿਹੜੇ ਜਨਾਂ ਦੇ ਵਿੱਚ ਪੰਜਾਬੀ ਭਾਈਚਾਰਾ ਚਾਈਨਿਸ ਭਾਈਚਾਰਾ ਆਉਂਦਾ ਹੈ ਇਹਨਾਂ ਨੂੰ ਕਿਵੇਂ ਖਿੱਚਣਾ ਹੈ ਇਹ ਕੋਈ ਮਾੜੀ ਗੱਲ ਨਹੀਂ ਤੁਸੀਂ ਪਾਲਿਸੀ ਬਣਾਓ ਜੀ ਸਦਕੇ ਬਣਾਓ ਵੋਟਾਂ ਲੈਣਾ ਖਿੱਚਣਾ ਹਰੇਕ ਦਾ ਹੱਕ ਹੈ ਪਰ ਇਹ ਨਹੀਂ ਕਿ ਜਿਹੜੇ ਕਰਮਚਾਰੀ ਉੱਥੇ ਵਿਕਟੋਰੀਆ ਦੇ ਅੰਦਰ ਲੈਜਿਸਲੇਚਰ ਦੇ ਅੰਦਰ ਉੱਥੇ ਲੋਕਾਂ ਦਾ ਕੰਮ ਕਰਨ ਲਈ ਲੋਕਾਂ ਦੀ ਤਨਖਾਹ ਪੈਸੇ ਚੋਂ ਤਨਖਾਹ ਲੈਂਦੇ ਨੇ ਉਹਨਾਂ ਨੂੰ ਤੁਸੀਂ ਇਹਨਾਂ ਕੰਮਾਂ ਦੇ ਲਈ ਵਰਤੋ ਇਸ ਚੀਜ਼ ਦੇ ਉੱਤੇ ਬੜਾ ਉਵਾਲਾ ਉੱਠਿਆ ਕ੍ਰਿਸਟੀ ਕਲਾਰਕ ਜਿਹੜੀ ਪ੍ਰੀਮੀਅਰ ਹੈ ਇਸ ਵੇਲੇ ਹਾਲਾਂਕਿ ਉਸਨੇ ਦੋ ਵਾਰੀ ਪੂਰੀ ਜਨਤਕ ਤੌਰ ਤੇ ਇਸ ਦੀ ਮਾਫੀ ਮੰਗੀ ਹੈ ਉਸ ਦੀ ਜਿਹੜੀ ਚੀਫ ਆਫ ਸਟਾਫ ਸੀ ਉਸ ਨੂੰ ਅਹੁਦੇ ਤੋਂ ਹਟਾਇਆ ਗਿਆ ਹੈ ਲੇਕਿਨ ਇੱਕ ਅੱਖਾਂ ਪੁੰਜਣ ਵਾਂਗੂ ਉਸਨੇ ਆਪਣੇ ਹੀ ਡਿਪਟੀ ਮੰਤਰੀ ਨੂੰ ਇਸ ਇਨਕੁਆਰੀ ਤੇ ਬਿਠਾਇਆ ਹੈ ਮੈਂ ਇਥੇ ਪੁੱਛਣਾ ਚਾਹਾਂਗਾ ਲਿਬਰਲ ਪਾਰਟੀ ਨੂੰ ਕਿ ਤੁਹਾਨੂੰ ਪੰਜਾਬੀਆਂ ਦੇ ਫੰਡਰੇਜ਼ਿੰਗ ਦੇ ਵੇਲੇ ਪੈਸੇ ਚੰਗੇ ਲੱਗਦੇ ਨੇ ਤੁਹਾਨੂੰ ਪੰਜਾਬੀਆਂ ਦਾ ਇਕੱਠ ਕਰਨਾ ਚੰਗਾ ਲੱਗਦਾ ਹੈ ਤੁਹਾਨੂੰ ਪੰਜਾਬੀ ਵੈਸੇ ਚੰਗੇ ਲੱਗਦੇ ਨੇ ਬੜੇ ਪੰਜਾਬ ਚ ਗੇੜੇ ਵੀ ਲਾਉਨੇ ਹੋ ਹਰਮੰਦਰ ਸਾਹਿਬ ਦੇ ਮੂਹਰੇ ਹਰ ਕੋਈ ਜਾ ਕੇ ਫੋਟੋ ਖਿਚਾਉਂਦਾ ਹੈ ਲੇਕਿਨ ਕੀ ਗੱਲ ਜਦੋਂ ਕਿਸੇ ਨੂੰ ਮੰਤਰੀ ਬਣਾਉਣ ਦੀ ਗੱਲ ਆਉਂਦੀ ਹੈ ਜਦੋਂ ਕਿਸੇ ਪਬਲਿਕ ادارے ਦੇ ਉੱਤੇ ਡਾਇਰੈਕਟਰ ਲਾਉਣ ਦੀ ਗੱਲ ਆਉਂਦੀ ਹੈ ਚੇਅਰਮੈਨ ਲਾਉਣ ਦੀ ਗੱਲ ਆਉਂਦੀ ਹੈ ਕਿ ਉੱਥੇ ਲਿਬਰਲ ਪਾਰਟੀ ਕਿਉਂ ਪੰਜਾਬੀਆਂ ਤੋਂ ਜਾਂ ਚਾਈਨੀਸ ਲੋਕਾਂ ਤੋਂ ਜਾਂ ਆਪਾਂ ਕਹਿ ਸਕਦੇ ਆ ਇਮੀਗ੍ਰੈਂਟਸ ਤੋਂ ਪਿੱਛੇ ਹਟਦੀ ਹੈ ਜਿਸ ਤਰ੍ਹਾਂ ਮਸਲਨ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਡੇਵ ਹੇਅਰ ਇੱਕ ਨਹੀਂ ਦੋ ਗੇਰੀ ਨਹੀਂ ਤਿੰਨ ਵਾਰੀ ਜਿੱਤ ਚੁੱਕੇ ਨੇ ਲੇਕਿਨ ਉਹਨਾਂ ਨੂੰ ਕੋਈ ਮੰਤਰੀ ਦਾ ਅਹੁਦਾ ਕਦੇ ਨਹੀਂ ਦਿੱਤਾ ਗਿਆ ਇਸੇ ਤਰ੍ਹਾਂ ਜਿਹੜੀ ਚਰਚਾ ਦੇ ਅੰਦਰ ਲਿਬਰਲ ਪਾਰਟੀ ਦੀ ਦੂਸਰੀ ਗੱਲ ਚੱਲ ਰਹੀ ਹੈ ਉਹ ਹੈ ਜਿਹੜਾ 11 ਮਿਲੀਅਨ ਡਾਲਰ ਤੋਹਫਾ ਦੇ ਅਵਾਰਡਸ ਦੇ ਉੱਤੇ ਲਾਰੇ ਨੇ ਇਹ ਗੱਲ ਬਹੁਤ ਜ਼ਿਆਦਾ ਉੱਠੀ ਆ ਕਿਉਂਕਿ ਜਿਹੜੀ ਫਿਲਮ ਇੰਡਸਟਰੀ BC ਦੀ ਹੈ ਉਹ ਖਤਮ ਹੋ ਰਹੀ ਆ ਉਹ ਕਹਿੰਦੇ ਵੀ ਇਹ 11 ਮਿਲੀਅਨ ਦੀ ਸਾਨੂੰ ਕੋਈ ਮਾਲੀ ਮਦਦ ਦੇ ਦਿੰਦੇ ਕਿਉਂਕਿ ਇੱਥੇ ਦੇ ਟੈਕਸਿਸ ਦੇ ਕਾਰਨ ਸਾਰੀ ਜਿਹੜੀ ਫਿਲਮ ਇੰਡਸਟਰੀ ਹੈ ਉਹ ਈਸਟਰਨ ਕੈਨੇਡਾ ਚ ਟੋਰਾਂਟੋ অন্ਟਾਰੀਓ ਕਰਨੀ ਚਲੀ ਗਈ ਹੈ ਜਾਂ ਵਾਪਸ ਹਾਲੀਵੁੱਡ ਚਲੀ ਗਈ ਹੈ ਲੇਕਿਨ ਉਹ 11 ਮਿਲੀਅਨ ਡਾਲਰ ਦੇ ਅੰਦਰ ਭਾਰਤੀ ਐਕਟਰਾਂ ਨੂੰ ਇੱਥੇ ਲਿਆ ਕੇ ਜੇ ਇਹਨਾਂ ਦੇ ਮਨ ਵਿੱਚ ਇਹ ਖਿਆਲ ਹੈ ਕਿ ਅਸੀਂ ਸ਼ਾਇਦ ਪੰਜਾਬੀ ਵੋਟਾਂ ਲੈ ਲਾਂਗੇ ਮੇਰਾ ਖਿਆਲ ਪੰਜਾਬੀ ਐਨੇ ਹੁਣ ਸਿਆਣੇ ਹੋ ਚੁੱਕੇ ਨੇ ਇਹੋ ਜਿਹੀਆਂ ਗੱਲਾਂ ਦੇ ਨਾਲ ਉਹ ਆਪਣੀ ਵੋਟ ਪਰਚੀ ਹੈ ਜਿਹੜੀ ਵੇਚਣਗੇ ਨਹੀਂ ਸੋ ਦੋਸਤੋ ਇਹ ਕੁਝ ਗੱਲਾਂ ਸੀਗੀਆਂ ਜਿਨ੍ਹਾਂ ਦੇ ਉੱਤੇ ਇਹਨਾਂ ਦਿਨਾਂ 'ਚ ਵਿਚਾਰ ਕਰਨ ਦਾ ਸਾਡਾ ਹੱਕ ਬਣਦਾ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਆਖਿਆ ਕਿ ਤੁਸੀਂ ਹੁਣ ਇਹਨਾਂ ਦਿਨਾਂ ਦੇ ਅੰਦਰ ਥੋੜੇ ਜੇ ਚੌਕਸ ਹੋਵੋ ਆਪਣੀਆਂ ਜਿਹੜੀਆਂ ਆਪਦੇ ਇਲਾਕੇ ਦੀਆਂ ਲੋਕਲ ਤੁਹਾਡੀਆਂ ਤਕਲੀਫਾਂ ਨੇ ਉਹਨਾਂ ਨੂੰ ਯਾਦ ਰੱਖੋ ਜਦੋਂ ਵੀ ਕਿਸੇ ਵੀ ਪਾਰਟੀ ਦਾ ਨੁਮਾਇੰਦਾ ਤੁਹਾਡੇ ਦਰ ਤੇ ਆਉਂਦਾ ਹੈ ਉਸ ਨੂੰ ਪੂਰੇ ਜ਼ੋਰ ਦੇ ਨਾਲ ਇਸ ਜਿਹੜੇ ਤੁਹਾਡੇ ਮਸਲੇ ਨੇ ਉਹਨਾਂ ਨੂੰ ਉਭਾਰੋ ਕਿਉਂਕਿ ਜੇ ਤੁਸੀਂ ਇਹਨਾਂ ਦੇ ਕੰਨਾਂ 'ਚ ਆਵਾਜ਼ ਨਹੀਂ ਪਹੁੰਚਾਉਂਗੇ ਤਾਂ ਇਹ ਤਾਂ ਪਹਿਲਾਂ ਹੀ ਬੋਲੇ ਹੁੰਦੇ ਨੇ ਏਸੀ ਅੱਜ ਦੀ ਵਿਚਾਰ ਚਰਚਾ ਦੋਸਤੋ ਚੈਨਲ ਪੰਜਾਬੀ ਦੇ ਉੱਤੇ ਤੁਸੀਂ ਕੋਈ ਵੀ ਗੱਲਬਾਤ ਕੋਈ ਸਲਾਹ ਕਰਨੀ ਹੋਵੇ ਤਾਂ ਤੁਸੀਂ ਰਵਿੰਦਰ@ਚੈਨਲਪੰਜਾਬੀ ਤੇ ਈਮੇਲ ਕਰ ਸਕਦੇ ਹੋ ਜਾਂ ਵੈਬਸਾਈਟ ਹੈ ਸਾਡੀ channelpunjabi.ca ਧੰਨਵਾਦ